ਬਿਨਾਂ ਡਰਾਈਵਰ ਜਦੋਂ ਜੰਮੂ ਤੋਂ ਪੰਜਾਬ ਦੇ ਵਿੱਚ ਟ੍ਰੇਨ ਪਹੁੰਚੀ ਤਾਂ ਮੌਕੇ ਦੇ ਉੱਤੇ ਭਾਜੜਾਂ ਪੈ ਗਈਆਂ। ਦਰਅਸਲ ਅੱਜ ਤੜਕਸਰ DMT ਮਾਲ ਲੋਡ ਗੱਡੀ ਕਠੂਆ ਤੋਂ ਬਿਨਾਂ ਡਰਾਈਵਰ ਅਤੇ ਗਾਰਡ ਦੇ ਚੱਲਣ ਦੀ ਸੂਚਨਾ ਮਿਲੀ। ਇਸ ਗੱਡੀ ਦੇ ਚੱਲਣ ਤੋਂ ਬਾਅਦ ਰੇਲਵੇ ਵਿਭਾਗ ਦੇ ਵਿੱਚ ਹਫੜਾ ਦਫੜੀ ਮੱਚ ਗਈ। ਇਸ ਰੇਲ ਦੀ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਦੱਸਦੇ ਕਿ ਇਸ ਮਾਲ ਗੱਡੀ ਦੇ ਬਿਨਾਂ ਡਰਾਈਵਰ ਅਤੇ ਗਾਰਡ ਦੇ ਚੱਲਣ ਦੀ ਸੂਚਨਾ ਮਿਲਦਿਆਂ ਹੀ ਪਠਾਨਕੋਟ, ਕੈਂਟ, ਮੁਕੇਰੀਆਂ ਅਤੇ ਹੋਰ ਸਟੇਸ਼ਨਾਂ 'ਤੇ ਸੂਚਨਾ ਦਿੱਤੀ ਗਈ ਅਤੇ ਰੇਲਵੇ ਫਾਟਕ ਬੰਦ ਕਰ ਦਿੱਤੇ ਗਏ। ਦੱਸਦੀ ਕਿ ਇਹ ਮਾਲ ਗੱਡੀ ਕਈ ਕਿਲੋਮੀਟਰ ਤੱਕ ਬਿਨਾਂ ਡਰਾਈਵਰ ਤੋਂ ਦੌੜਦੀ ਹੋਈ ਪੰਜਾਬ ਦੇ ਵਿੱਚ ਪਹੁੰਚੀ। ਰੇਲ ਗੱਡੀ 70-80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਦੇ ਨਾਲ ਅੱਗੇ ਵੱਧ ਰਹੀ ਸੀ। ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੰਨੀ ਤੇਜ਼ ਰਫਤਾਰ ਦੇ ਨਾਲ ਗੱਡੀ ਚੱਲ ਰਹੀ ਹੈ, ਪਰ ਮਸਾਂ ਇਸ ਨੂੰ ਪੰਜਾਬ ਦੇ ਵਿੱਚ ਰੋਕਿਆ ਗਿਆ।
ਦੱਸ ਦੇ ਕਿ ਇਸ ਗੱਡੀ ਨੂੰ ਰੋਕਣ ਲਈ ਬਿਜਲੀ ਬੰਦ ਕਰਵਾਈ ਗਈ ਅਤੇ ਫਿਰ ਇਹ ਟ੍ਰੇਨ ਨੂੰ ਰੋਕਿਆ ਗਿਆ। ਇਹ ਗੱਡੀ ਹੌਲੀ ਹੌਲੀ ਹੁੰਦੀ ਹੋਈ ਦਸੂਹਾ ਨਜ਼ਦੀਕ ਉੱਚੀ ਬੱਸੀ ਕੋਲ ਆ ਕੇ ਰੁਕ ਗਈ ਤਾਂ ਰੇਲਵੇ ਵਿਭਾਗ ਅਤੇ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ। ਇਸ ਦੇ ਪਿੱਛੇ ਕਿਸਦੀ ਅਣਗਹਿਲੀ ਹੈ, ਇਹ ਵੀ ਵੱਡੇ ਸਵਾਲ ਖੜ੍ਹੇ ਹੋ ਰਹੇ ਨੇ। ਪਰ ਤੁਹਾਨੂੰ ਦੱਸ ਦਈਏ ਕਿ ਅੱਜ ਵੱਡਾ ਟ੍ਰੇਨ ਹਾਦਸਾ ਪੰਜਾਬ ਦੇ ਵਿੱਚ ਹੋਣ ਤੋਂ ਟਲ ਗਿਆ। ਪਠਾਨਕੋਟ ਤੋਂ ਰੋਹਿਤ ਗੁਪਤਾ, ਪੰਜਾਬੀ ਲੋਕ ਚੈਨਲ।